ਕੋਈ ਸ਼ੱਕ ਨਹੀਂ ਬਾਈ ਜੀ, ਜਿੰਨੇ ਇੱਥੋਂ ਆਪਣਾ ਚੰਡੀਗੜ੍ਹ ਤੋਂ ਲੈ ਕੇ ਬਠਿੰਡਾ ਤੱਕ ਜਿੰਨੇ ਵੀ ਟੋਲ ਪਲਾਜ਼ੇ ਆ, ਸਭ ਦੇ ਵਿੱਚੋਂ ਸਿਰਫ ਇੱਕ ਬੜਬੜ ਟੋਲ ਪਲਾਜ਼ਾ ਜਿਹਦੇ ਉੱਪਰ ਸਭ ਤੋਂ ਵੱਧ ਗੁੰਡਾਗਰਦੀ ਕੀਤੀ ਜਾਂਦੀ ਆ। ਸਾਰੀਆਂ ਗੱਲਾਂ ਵੀ ਜਿਹਨੇ ਆਪਾਂ ਪੰਜਾਬ 'ਚ ਰਹਿਣੇ, ਆਪਣੇ ਪੰਜਾਬ 'ਚ ਰਹਿ ਕੇ ਆਪਣੇ 'ਤੇ ਗੁੰਡਾਗਰਦੀ ਹੋ ਰਹੀ ਆ, ਇਹਦੇ ਬਈਏ ਰੱਖ ਰੱਖ ਲੈਣਾ ਨੇ। ਪਹਿਲਾਂ ਤੁਸੀਂ ਐਂ ਦੱਸੋ, ਤੁਸੀਂ ਪੰਜਾਬੀ ਬੰਦੇ 'ਤੇ ਕਿੰਨੇ ਕੁ ਨੇ? ਤੁਸੀਂ ਆਹ ਬੈਰੀਗੇਡ ਲਾਉਂਦੇ ਨੇ ਇੱਥੇ, ਬੰਦੇ ਸਰੇਆਮ ਰੋਹ ਮਾਰਦੇ ਨੇ ਮੋਟਰਸਾਈਕਲ ਵਾਲੇ 'ਤੇ ਗਰੀਬ ਬੰਦੇ 'ਤੇ। ਇਹ ਸਟ੍ਰੀਟ ਲਾਈਟਾਂ ਬੰਦ ਪਈਆਂ ਨੇ, ਇਹਨਾਂ ਨੇ ਬਿੱਲ ਨਹੀਂ ਭਰਿਆ ਸੀਗਾ। ਅੱਛਾ, ਬਿੱਲ ਨਹੀਂ ਭਰਿਆ ਇਹਨਾਂ ਨੇ? ਬਿੱਲ ਨਹੀਂ ਭਰਿਆ ਸੀਗਾ ਕੁਛ, ਇਹਨਾਂ ਦਾ ਹੈਗਾ ਸੀ 8-9 ਲੱਖ ਰੁਪਇਆ ਬਿੱਲ ਦਾ। ਠੀਕ ਆ। 5,71,000 ਦਾ ਆਪਣਾ ਮਸਤੌਣਾ ਸਾਹਿਬ ਦਾ ਸੀ। ਹਾਂਜੀ। ਤੇ 4,24,000 ਕੁਛ ਬਦਰੁੱਖਾਂ ਪਿੰਡ ਦਾ ਸੀ। ਉਹ ਤੋਂ ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਦੀਪਨੇਰ। ਸੋ ਅੱਜ ਤੁਹਾਨੂੰ ਦਿਖਾਉਣ ਜਾ ਰਿਹਾ ਜਿਹੜਾ ਬੜਬਰ ਵਿਖੇ ਧਰਨਾ ਲਾਇਆ ਗਿਆ ਹੈਗਾ, ਟੋਲ ਪਲਾਜ਼ਾ ਬੰਦ ਕੀਤਾ, ਉਹ ਆਪਾਂ ਕਾਰਨ ਪੁੱਛਦੇ ਆ ਵੀਰਾਂ ਨੂੰ ਵੀ ਕਿਉਂ ਬੰਦ ਕੀਤਾ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਵਿੰਦਰ ਸਿੰਘ ਕਾਲੇਕੇ, ਸੀਨੀਅਰ ਮੀਤ ਪ੍ਰਧਾਨ, ਜ਼ਿਲ੍ਹਾ ਬਰਨਾਲਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ। ਹਾਂਜੀ। ਇਹ ਟੋਲ ਪਲਾਜ਼ਾ ਬਾਈ ਜੀ ਬੰਦ ਕਰਨ ਦਾ ਜਿਹੜਾ ਕਾਰਨ ਆ, ਆਪਣੇ ਵੀਰ ਖੜੇ ਨੇ ਬਡਰੁੱਖਿਆਂ ਤੋਂ, ਮੁੰਡੇ ਨੇ ਨੌਜਵਾਨ ਆਪਣੇ ਵੀਰ, ਇਹਨਾਂ ਵੱਲੋਂ, ਹਾਂਜੀ, ਇਹਨਾਂ ਵੱਲੋਂ ਇਹ ਬੰਦ ਕੀਤਾ ਗਿਆ ਸੀ ਟੋਲ ਪਲਾਜ਼ਾ ਬੜਬੜ ਵਾਲਾ ਜਿਹੜਾ ਇਹ। ਹਾਂਜੀ। ਇਹ ਟੋਲ ਪਲਾਜ਼ਾ ਜਿਹੜਾ ਬੰਦ ਕਰਨ ਦਾ ਮੇਨ ਕਾਰਨ ਆ, ਜਿਹੜੀਆਂ ਤੁਸੀਂ ਦੇਖ ਰਹੇ ਹੋ ਸਟ੍ਰੀਟ ਲਾਈਟਾਂ ਨੇ ਜਿਹੜੀ ਆ। ਹਾਂਜੀ। ਦਿਖਾਓ ਮੜੇ ਵੀਰੇ। ਹਾਂਜੀ। ਇਹ ਜੋ ਇੱਥੋਂ ਲੈ ਕੇ ਸੰਗਰੂਰ ਆ ਜਿਹੜਾ ਬਾਈਪਾਸ ਆ, ਹਾਂਜੀ, ਉੱਥੇ ਤੱਕ ਜਿੰਨੀਆਂ ਵੀ ਸਟ੍ਰੀਟ ਲਾਈਟਾਂ ਨੇ ਸਾਰੀਆਂ, ਇਹ ਲਗਭਗ ਜਿੰਨੀਆਂ ਵੀ ਲਾਈਟਾਂ ਨੇ ਬੰਦ ਪਈਆਂ ਨੇ ਸਾਰੀਆਂ। ਸਾਰੀਆਂ ਬੰਦ ਨੇ ਟੋਟਲ? ਸਾਰੀਆਂ ਟੋਟਲ ਲਾਈਟਾਂ ਨੇ ਜਿਹੜੀਆਂ ਬੰਦ ਪਈਆਂ ਨੇ ਇਹ। ਹਾਂਜੀ। ਜਿਹਦੇ ਕਾਰਨ ਇੱਥੇ ਰਾਤ ਨੂੰ ਹਨੇਰਾ ਹੋਣ ਦੇ ਕਾਰਨ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੋਏ ਵੀ ਨੇ, ਤੇ ਅੱਗੇ ਹੋਣ ਦਾ ਡਰ ਵੀ ਹੈਗਾ ਵੀ ਹੁੰਦੇ ਵੀ ਨੇ। ਚੋਰੀ ਹੋਣ ਦਾ ਵੀ ਡਰ ਹੈ ਬਈ? ਚੋਰੀ ਹੋਣ ਦਾ ਡਰ ਤਾਂ ਬਈ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਮਾਹੌਲ ਕਿੱਦਾਂ ਦਾ, ਹਨਾ, ਖਤਰੇ ਵਾਲਾ ਮਾਹੌਲ ਆ, ਚੋਰੀਆਂ ਵੀ ਹੁੰਦੀਆਂ ਨੇ, ਸਭ ਕੁਛ ਹੁੰਦਾ। ਹਾਂਜੀ। ਤੇ ਕਈ ਇੱਥੋਂ ਲੈ ਕੇ ਸੰਗਰੂਰ ਤੱਕ ਰਸਤੇ ਦੇ ਵਿੱਚ ਜਿਹੜੇ ਲਾਈਟਾਂ ਦੇ ਪੋਲ ਨੇ, ਹਾਂਜੀ, ਉਹ ਵੀ ਡਿੱਗੇ ਪਏ ਨੇ, ਉਹਨਾਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹਾਂਜੀ। ਤੇ ਸਾਈਡਾਂ ਤੇ ਜਿਹੜੀਆਂ ਆਪਣੀਆਂ ਰੋਡ ਹੈ, ਦੋਨੋਂ ਸਾਈਡਾਂ ਤੇ, ਹਾਂਜੀ, ਜਿਹੜੀਆਂ ਜਾਲੀਆਂ ਲੱਗੀਆਂ ਨੇ, ਗਰਿੱਲਾਂ ਲੱਗੀਆਂ ਹੁੰਦੀਆਂ ਨੇ, ਉਹ ਵੀ ਟੁੱਟ ਕੇ ਡਿੱਗੀਆਂ ਪਈਆਂ ਨੇ, ਉਹਨਾਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਨੌਜਵਾਨਾਂ ਵੱਲੋਂ ਉੱਥੇ ਡੀਸੀ ਦਫ਼ਤਰ ਜਾਂ ਜੋ ਵੀ ਦਫ਼ਤਰ ਨੇ ਉੱਥੇ ਸਰਕਾਰੀ, ਉੱਥੇ ਇਹਨਾਂ ਵੱਲੋਂ ਦਿੱਤਾ ਗਿਆ, ਉੱਥੇ ਲਿਖ ਕੇ ਲਿਖਤੀ ਰੂਪ ਦੇ ਵਿੱਚ ਜੋ ਇਹਨਾਂ ਵੱਲੋਂ ਮੰਗ ਪੱਤਰ ਵੀ ਦਿੱਤੇ ਗਏ ਆ। ਹਾਂਜੀ ਹਾਂਜੀ। ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ, ਤਾਂ ਨੌਜਵਾਨਾਂ ਨੇ ਅੱਕ ਕੇ, ਹਾਂਜੀ ਹਾਂਜੀ ਸਰ, ਇਹ ਜਿਹੜਾ ਬਰਬਰਾ ਟੋਲ ਪਲਾਜ਼ਾ, ਮੈਨੇਜਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਹਾਂਜੀ, ਪਰ ਮੈਨੇਜਰ ਨੇ ਕੋਈ ਇਹਨਾਂ ਦੀ ਗੱਲ ਨਾ ਸੁਣੀ, ਤੇ ਨਾ ਹੀ ਇਹਨਾਂ ਨਾਲ ਕੋਈ ਗੱਲਬਾਤ ਕਰਨ ਦਾ ਉਹਨਾਂ ਵੱਲੋਂ ਕੋਈ ਹੰਕਾਰਾ ਮਿਲਿਆ ਵੀ, ਮਤਲਬ ਕੋਈ ਐਕਸ਼ਨ ਨਹੀਂ ਲਿੱਤਾ ਗਿਆ, ਕੋਈ ਐਕਸ਼ਨ ਨਹੀਂ ਲਿੱਤਾ। ਹਾਂਜੀ। ਐਕਸ਼ਨ ਤਾਂ ਛੱਡੋ, ਐਕਸ਼ਨ ਤਾਂ ਲੈਣਾ ਕੀ ਆ, ਉਹਨਾਂ ਨੇ ਕੋਈ ਗੱਲਬਾਤ ਕਰਨ ਦਾ ਵੀ ਅੱਗੋਂ ਹੰਗਾਰਾ ਨਹੀਂ ਭਰਿਆ ਵੀ ਹਾਂ ਅਸੀਂ ਕੋਈ ਗੱਲਬਾਤ ਕਰਾਂਗੇ ਬੈਠ ਕੇ। ਫਿਰ ਨੌਜਵਾਨਾਂ ਨੇ ਅੱਕ ਕੇ ਬਾਈ ਜੀ ਇੱਥੇ ਜਿਹੜਾ ਬੜਬੜਾ ਟੋਲ ਪਲਾਜ਼ਾ ਇਹਨਾਂ ਵੱਲੋਂ, ਹਾਂਜੀ, ਬੰਦ ਕਰ ਦਿੱਤਾ ਗਿਆ ਸੀਗਾ। ਹਾਂਜੀ। ਤੇ 26 ਤਰੀਕ ਤੋਂ ਆਪਣਾ ਬੰਦ ਕੀਤਾ ਜਾਂ 27 ਤੋਂ? 27 ਤਰੀਕ ਤੋਂ ਇਹ ਲਗਾਤਾਰ ਬੰਦ ਕੀਤਾ ਹੋਇਆ ਗਾ, ਹਨਾ। ਠੀਕ ਹੈ ਜੀ। ਤੇ 27 ਤਰੀਕ ਤੋਂ ਜਿਹੜਾ ਬੰਦ ਕੀਤਾ ਗਿਆ, ਤੇ ਚੇਤਾਵਨੀ ਵੀ ਦਿੱਤੀ ਗਈ ਸੀ ਪ੍ਰਸ਼ਾਸਨ ਨੂੰ, ਹਾਂਜੀ, ਇਹ ਜਿਹੜੀਆਂ ਸਟ੍ਰੀਟ ਲਾਈਟਾਂ ਨੇ ਚੱਲਦੀਆਂ ਕੀਤੀਆਂ ਜਾਣ, ਤੇ ਜਿਹੜੇ ਡਿੱਗੇ ਹੋਏ ਪੋਲ ਆ, ਹਾਂਜੀ, ਉਹਨਾਂ ਨੂੰ ਠੀਕ ਕੀਤਾ ਜਾਵੇ ਜਾਂ ਜਿਹੜੀਆਂ ਗਰਿੱਲਾਂ ਨੇ ਉਹ ਠੀਕ ਕੀਤੀਆਂ ਜਾਣ, ਪਰ ਪ੍ਰਸ਼ਾਸਨ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਇਸ ਗੱਲ ਵੱਲ। ਹਾਂਜੀ। ਤੇ ਅਸੀਂ ਬਾਰ ਬਾਰ ਅਪੀਲਾਂ ਵੀ ਕੀਤੀਆਂ ਨੇ ਵੀ ਇੱਥੇ ਐਕਸੀਡੈਂਟ ਹੋਣ ਦਾ ਬਹੁਤ ਡਰ ਆ, ਚੋਰੀਆਂ ਹੋਣ ਦਾ ਬਹੁਤ ਡਰ ਆ, ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ, ਨੁਕਸਾਨ ਹੋਏ ਵੀ ਆ ਪਹਿਲਾਂ, ਹਾਂਜੀ, ਪਰ ਫਿਰ ਵੀ ਕਿਸੇ ਦਾ ਕੋਈ ਧਿਆਨ ਇੱਧਰ ਨਹੀਂ ਦਿੱਤਾ ਜਾਂਦਾ, ਕਿਸੇ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਹਾਂਜੀ। ਅਸੀਂ ਫਿਰ ਵੀ ਅਪੀਲ ਕਰਦੇ ਹਾਂ ਯਾਰ, ਇੱਥੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਸਾਡਾ ਸਾਥ ਦਿਓ ਵੱਧ ਤੋਂ ਵੱਧ, ਕਿਉਂਕਿ ਸਾਡਾ ਵੀ ਇੱਥੇ ਕੋਈ ਇਕੱਲਿਆਂ ਦਾ ਨਹੀਂ ਹੈਗਾ ਵੀ ਸਾਡਾ ਕੋਈ ਇਕੱਲਿਆਂ ਦਾ ਕੰਮ ਆ, ਜਾਂ ਇੱਥੇ ਵੀ ਅਸੀਂ ਆਪਦੇ ਲਈ ਕੋਈ ਇੱਥੇ ਆਪਣੇ ਪਰਸਨਲੀ ਕੰਮ ਵਾਸਤੇ ਬੈਠੇ ਹਾਂ, ਇੱਥੇ ਕੰਮ ਛੱਡ ਕੇ ਕੋਈ, ਹਾਂਜੀ, ਸਾਡੀਆਂ ਵੀ ਮਾਵਾਂ ਘਰੇ ਬੈਠੀਆਂ ਸਾਨੂੰ ਉਡੀਕਦੀਆਂ, ਹਾਂਜੀ, ਸਾਡੇ ਬੱਚੇ ਬੈਠੇ ਆ, ਸਾਡੀਆਂ ਭੈਣਾਂ ਸਾਨੂੰ ਘਰੇ ਉਡੀਕ ਰਹੀਆਂ ਨੇ, ਅਸੀਂ ਵੀ ਗਰਮੀ ਦੇ ਵਿੱਚ ਇੱਥੇ ਬੈਠੇ ਹਾਂ, 27 ਤਰੀਕ ਤੋਂ ਗਰਮੀ ਬੜੀ ਆ, ਹਾਂਜੀ ਬਾਈ, ਦੇਖੀ ਜਾਂਦੇ ਗਰਮੀ ਦੇ ਵਿੱਚ ਬੈਠੇ ਹਾਂ, ਤੇ ਕੱਲ ਅਸੀਂ ਸਿਰਫ 1 ਘੰਟੇ ਵਾਸਤੇ ਚੇਤਾਵਨੀ ਦੇ ਤੌਰ ਤੇ ਅਸੀਂ
ਪੱਕਾ ਜਾਮ ਲਾਇਆ ਸੀ, ਰੋਡ ਸਾਰਾ ਬੰਦ ਕੀਤਾ ਸੀ, ਬਲੌਕ ਕੀਤਾ ਸੀ। ਹਾਂਜੀ ਹਾਂਜੀ, ਸਿਰਫ ਇੱਕ ਘੰਟੇ ਦੇ ਵਿੱਚ ਲੋਕਾਂ ਦੀਆਂ ਇੱਥੇ ਚੀਕਾਂ ਨਿਕਲ ਗਈਆਂ ਸੀ, ਹਨਾ। ਹਾਂਜੀ, ਤੇ ਅਸੀਂ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਬੈਠਦੇ ਹਾਂ, ਸਾਡਾ ਕੀ ਹਾਲ ਹੁੰਦਾ ਉਹ ਲੋਕਾਂ ਨੂੰ ਕੋਈ ਨਹੀਂ ਪਤਾ, ਉਹਦੇ ਬਾਰੇ ਲੋਕਾਂ ਦਾ ਕੋਈ ਧਿਆਨ ਨਹੀਂ ਇਸ ਵੱਲ। ਪਰ ਲੋਕਾਂ ਨੂੰ ਜਿਹੜਾ ਇੱਕ ਘੰਟਾ ਸੀ ਬੰਦ ਕੀਤਾ ਸੀਗਾ ਉਹਦਾ ਬੜਾ ਦੁੱਖ ਲੱਗਿਆ ਸੀਗਾ। ਹਾਂਜੀ, ਪਰ ਜਿਹੜਾ ਇੱਥੇ ਨੁਕਸਾਨ ਹੋ ਰਿਹਾ ਉਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂਗਾ, ਉਹ ਦੁੱਖ ਆ ਜਿਹੜਾ ਐਡਾ ਵੱਡਾ ਉਹ ਲੋਕਾਂ ਨੂੰ ਕੋਈ ਦੁੱਖ ਨਹੀਂ ਲੱਗ ਰਿਹਾ, ਹਨਾ। ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸਾਡੀ ਜਿਹੜੀ ਇਹ ਮੰਗ ਆ ਜਲਦੀ ਤੋਂ ਜਲਦੀ ਸੁਣੀ ਜਾਵੇ, ਨਹੀਂ ਜਿਹੜਾ ਇਹ ਸਾਡਾ ਬੰਦ ਕੀਤਾ ਹੋਇਆ ਬੜਬੜਾ ਟੋਲ ਪਲਾਜ਼ਾ, ਇਹ ਅਸੀਂ ਲੰਬੇ ਅਣਮਿੱਥੇ ਸਮੇਂ ਲਈ, ਲੰਬੇ ਸਮੇਂ ਲਈ ਇਸੇ ਤਰ੍ਹਾਂ ਸਾਡੇ ਵੱਲੋਂ ਬੰਦ ਰੱਖਿਆ ਜਾਵੇਗਾ। ਇੱਕ ਸਾਡੀ ਹੋਰ ਬੇਨਤੀ ਆ, ਜਿਹੜਾ ਇਹ ਟੋਲ ਪਲਾਜ਼ਾ ਸਾਡੇ ਵੱਲੋਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ ਸਿਰਫ 5 ਵਜੇ ਤੱਕ ਬੰਦ ਹੁੰਦਾ, ਉਦੋਂ ਬਾਅਦ ਇਹ ਸਾਡੇ ਵੱਲੋਂ ਬੰਦ ਨਹੀਂ ਹੁੰਦਾ। ਉਦੋਂ ਬਾਅਦ ਜਿਹੜਾ ਬੰਦ ਹੁੰਦਾ ਰਾਤ ਨੂੰ, ਇਹ ਆਪਣੇ ਤੌਰ ਤੇ ਬੰਦ ਰੱਖਦੇ ਆ, ਨਾ ਕਿ ਅਸੀਂ ਬੰਦ ਕਰਦੇ ਹਾਂ। 11 ਵਜੇ ਤੋਂ 5 ਵਜੇ ਤੱਕ, ਸ਼ਾਮ ਦੇ 5 ਵਜੇ ਤੱਕ ਸਾਡੇ ਵੱਲੋਂ ਬੰਦ ਹੁੰਦਾ, ਉਦੋਂ ਬਾਅਦ ਜਿਹੜਾ ਸ਼ਾਮ ਦੇ 5 ਵਜੇ ਤੋਂ ਲੈ ਕੇ ਸਵੇਰ ਦੇ 11 ਵਜੇ ਤੱਕ, ਹਾਂਜੀ ਸੁਬਹਾ ਦੇ 11 ਵਜੇ ਤੱਕ ਜਿਹੜਾ ਬੰਦ ਹੁੰਦਾ ਉਹ ਸਾਡੇ ਵੱਲੋਂ ਨਹੀਂ ਹੁੰਦਾ। ਉਹ ਇਹ ਖੁਦ ਜੋ ਮੈਨੇਜਰ ਆ ਜਾਂ ਇੱਥੋਂ ਦੀ ਇਹਨਾਂ ਦੀ ਕਮੇਟੀ ਆ, ਮੈਨੇਜਮੈਂਟ ਉਹ ਆਪ ਬੰਦ ਰੱਖਦੀ ਆ, ਮੈਨੇਜਮੈਂਟ ਇੱਥੋਂ ਦੀ, ਅਸੀਂ ਨਹੀਂ ਬੰਦ ਰੱਖਦੇ, ਉਹਦੇ ਜ਼ਿੰਮੇਵਾਰ ਅਸੀਂ ਨਹੀਂ ਹੈਗੇ। ਹਾਂਜੀ, ਅਸੀਂ ਸਿਰਫ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬੰਦ ਰੱਖਦੇ ਹਾਂ। ਉਦੋਂ ਬਾਅਦ ਦਾ ਜਿਹੜਾ ਇਹਨਾਂ ਦਾ ਬੰਦ ਰੱਖਣ ਦਾ ਉਹ ਮੈਨੇਜਮੈਂਟ ਆਪ ਜ਼ਿੰਮੇਵਾਰ, ਅਸੀਂ ਨਹੀਂ ਰੱਖਦੇ, ਉਹਦੇ ਜ਼ਿੰਮੇਵਾਰ ਅਸੀਂ ਨਹੀਂ ਹੈਗੇ। ਠੀਕ ਹੈ, ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਫਿਰ ਬੇਨਤੀ ਕਰਦੇ ਹਾਂ ਕਿ ਜੇ ਇੱਥੇ ਬਾਈ ਚਾਂਸ ਰਾਤ ਨੂੰ ਕੋਈ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ। ਕੱਲ੍ਹ ਨੂੰ ਕੋਈ ਇੱਦਾਂ ਦਾ ਨੁਕਸਾਨ ਇੱਥੇ ਹੋ ਗਿਆ ਅਸੀਂ ਫਿਰ ਲੰਬਾ ਸੰਘਰਸ਼ ਸ਼ੁਰੂ ਕਰਾਂਗੇ। ਕੱਲ੍ਹ ਨੂੰ ਪ੍ਰਸ਼ਾਸਨ ਇਹ ਨਾ ਕਹੇ ਵੀ ਸਾਨੂੰ ਦੱਸਿਆ ਨਹੀਂ, ਅਸੀਂ ਪਹਿਲਾਂ ਜਾਣਕਾਰੀ ਦੇ ਰਹੇ ਹਾਂ ਵਾਰ ਵਾਰ। 27 ਤਰੀਕ ਤੋਂ ਅਸੀਂ ਮੀਡੀਆ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ ਵਾਰ ਵਾਰ ਇਸ ਚੀਜ਼ ਵਿਸ਼ੇ ਇਸ ਵਿਸ਼ੇ ਤੇ ਜਾਣਕਾਰੀ ਦੇ ਰਹੇ ਹਾਂ, ਪ੍ਰਸ਼ਾਸਨ ਦੀ ਅੱਖਾਂ ਖੋਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ। ਪ੍ਰਸ਼ਾਸਨ ਨੇ ਸਾਡੇ ਨਾਲ ਹਾਲੇ ਤੱਕ ਕੋਈ ਵੀ ਗੱਲਬਾਤ ਕੀਤੀ ਨਹੀਂ। ਹਾਂਜੀ, ਬਾਕੀ ਗੱਲ ਤੁਹਾਨੂੰ ਜਿਹੜੇ ਨੌਜਵਾਨ ਵੀਰ ਖੜੇ ਆ ਦੱਸਣਗੇ, ਇਹਨਾਂ ਨਾਲ ਗੱਲਬਾਤ ਕਰੋ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਬਾਈ ਕਿਵੇਂ ਹੋ? ਵਧੀਆ ਵੀਰ। ਤੇ ਬਾਈ ਜਿਹੜੀਆਂ ਦਿੱਕਤਾਂ ਆਈਆਂ ਨੇ ਹਨਾ ਹੁਣ ਵੀ ਆ ਰਹੀਆਂ ਨੇ ਤੁਹਾਨੂੰ ਜਿਹੜਾ ਇੱਥੇ ਧਰਨਾ ਲਾਉਣ ਕਾਰਨ ਵੀ, ਤੇ ਪਹਿਲਾਂ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ? ਬਈ ਦਿੱਕਤਾਂ ਤਾਂ ਇਹੀ ਨੇ ਵੀ ਇਹ ਸਟਰੀਟ ਲਾਈਟਾਂ ਬੰਦ ਪਈਆਂ ਨੇ, ਇਹਨਾਂ ਨੇ ਬਿੱਲ ਨਹੀਂ ਭਰਿਆ ਸੀਗਾ। ਅੱਛਾ, ਬਿੱਲ ਨਹੀਂ ਭਰਿਆ ਇਹਨਾਂ ਨੇ? ਬਿੱਲ ਨਹੀਂ ਭਰਿਆ ਸੀਗਾ, ਕੁਛ ਇਹਨਾਂ ਦਾ ਹੈਗਾ ਸੀ 8-9 ਲੱਖ ਰੁਪਈਆ ਬਿੱਲ ਦਾ। ਠੀਕ ਆ। 5,71,000 ਦਾ ਆਪਣਾ ਮਸਤੌਣਾ ਸਾਹਿਬ ਦਾ ਸੀ। ਹਾਂਜੀ। ਤੇ 4,24,000 ਕੁਛ ਬਦਰੁੱਖਾਂ ਪਿੰਡ ਦਾ ਸੀ। ਠੀਕ ਆ। ਇਹ ਇਹਨਾਂ ਨੇ ਭਰਿਆ ਨਹੀਂ ਸੀ, ਤਾਂ ਕਰਕੇ ਜਿਹੜਾ ਦਲੀਪ ਬਿੱਲ ਟੋਨ ਦੇ ਨਾਮ ਤੇ ਇਹ ਮੀਟਰ ਲੱਗੇ ਹੋਏ ਸੀ, ਉਹ ਬਿਜਲੀ ਬੋਰਡ ਵਾਲਿਆਂ ਨੇ ਜਦੋਂ ਇਹਨਾਂ ਨੇ ਬਿੱਲ ਨਹੀਂ ਭਰਿਆ ਉਹ ਜ਼ਬਤ ਨੂੰ ਸਿਕਿਉਰਿਟੀ ਜ਼ਬਤ ਕਰਕੇ, ਮਤਲਬ ਮੀਟਰ ਕੱਟ ਕੇ ਉਹ ਆਪਦੇ ਐਮ ਈ ਬ੍ਰਾਂਚ ਜਮ੍ਹਾਂ ਕਰਵਾ ਦਿੱਤੀ। ਠੀਕ ਹੈ। ਤੇ ਹੁਣ ਇਹਨਾਂ ਨੂੰ ਕਿਹਾ ਵੀ ਆਪਾਂ ਰੋਡ ਦੇ ਨਾਮ ਤੇ ਮੀਟਰ ਲਵਾਓ ਤੇ ਨਵੀਂ ਸਿਕਿਉਰਿਟੀ ਭਰੋ, ਤੇ ਹੁਣ ਉਹ ਸਿਕਿਉਰਿਟੀ ਨਹੀਂ ਭਰ ਰਹੇ ਫਿਰ। ਅੱਛਾ। ਵਿਸ਼ਾਲ ਪੀ ਡੀ ਇਹਨਾਂ ਦਾ ਪਟਿਆਲੇ, ਠੀਕ ਹੈ, ਜਿਹੜਾ ਕਿ ਐਸ ਡੀ ਐਮ ਸਾਹਿਬ ਨੂੰ ਵੀ ਪੁੱਠਾ ਬੋਲਿਆ। ਠੀਕ ਆ। ਤੇ ਉਹਨਾਂ ਨੂੰ ਕਹਿੰਦਾ ਫਿਰ ਵੀ ਜਿਹੜੇ ਐਕਸ਼ਨ ਸਾਹਿਬ ਨੇ ਬਿਜਲੀ ਬੋਰਡ ਦੇ ਉਹਨਾਂ ਲਵੇ ਮੈਂ ਨਹੀਂ ਜਾਂਦਾ, ਕਹਿੰਦਾ ਐਕਸ਼ਨ ਸਾਹਿਬ ਮੇਰੇ ਲਵੇ ਆਉਣ। ਠੀਕ ਆ। ਜਿਹਨੇ ਕੰਮ ਕਰਾਉਣਾ ਵਿਸ਼ਾਲ ਪੀ ਡੀ ਨੂੰ ਜਾਣਾ ਚਾਹੀਦਾ ਕਿਉਂਕਿ ਇਹਨੇ ਮੀਟਰ ਲਗਾਉਣਾ। ਸਹੀ ਹੈ ਬਾਈ। ਅਸੀਂ ਕਹਿੰਦੇ ਹਾਂ ਵੀ ਹੁਣ ਰੋਡ ਦੇ ਨਾਮ 'ਤੇ ਮੀਟਰ ਲੱਗੇ ਬਾਈ, ਕੰਪਨੀ ਇੱਥੇ ਜਿਹੜੀ ਮਰਜ਼ੀ ਆਈ ਜਾਵੇ, ਤੇ ਉਸ ਤੋਂ ਬਾਅਦ ਬਿੱਲ ਭਰ ਕੇ ਬਸ ਵੀ ਯਾਰ ਮੀਟਰ ਚੱਲਦਾ ਰਹੇ ਤੇ ਜਿਹੜੀਆਂ ਸਹੂਲਤਾਂ ਦਿੱਤੀਆਂ ਹੋਈਆਂ ਨੇ ਉਹ ਚਲਾਉਣ। ਹਾਂ ਬਾਈ। ਸੋ ਦੋਸਤੋ ਜਿਹੜੇ ਸਾਡੇ ਵੀਰ ਨੇ, ਹਾਂਜੀ ਬਾਈ, ਮੈਂ ਬੋਲਣਾ ਚਾਹੁੰਦਾ ਇੱਕ ਤਾਂ ਇੱਥੇ ਗੁੰਡਾਗਰਦੀ ਖਤਮ ਕੀਤੀ ਜਾਵੇ, ਬਾਕੀ ਬਾਈ ਨੇ ਸਾਰੀ ਗੱਲ ਤੁਹਾਨੂੰ ਪਤਾ ਦੱਸ ਚੁੱਕੇ ਨੇ ਵੀ ਲਾਈਟਾਂ ਦਾ ਪੰਗਾ ਗਾ, ਮੀਟਰ ਦਾ ਜੋ ਵੀ ਆ, ਹਨਾ। ਇਹ ਸਾਰੀਆਂ ਗੱਲਾਂ ਵੀ ਜਿਹਨੇ ਆਪਾਂ ਪੰਜਾਬ 'ਚ ਰਹਿਣੇ, ਆਪਣੇ ਪੰਜਾਬ 'ਚ ਰਹਿ ਕੇ ਆਪਣੇ ਤੇ ਗੁੰਡਾਗਰਦੀ ਹੋ ਰਹੀ ਆ, ਇਹਦੇ ਬਈ ਇਹ ਰੱਖ ਰੱਖ ਨੇ ਇਹਨਾਂ ਨੇ। ਪਹਿਲਾਂ ਤੁਸੀਂ ਐਂ ਦੱਸੋ ਵੀ ਪੰਜਾਬੀ ਬੰਦੇ ਤੇ ਕਿੰਨੇ ਕੁ ਨੇ? ਤੁਸੀਂ ਬੈਰੀਗੇਡ ਲਾਉਂਦੇ ਨੇ ਇੱਥੇ, ਬੰਦੇ ਸਰੇਆਮ ਰੋਹ ਮਾਰਦੇ ਨੇ ਮੋਟਰਸਾਈਕਲ ਵਾਲੇ ਤੇ ਗਰੀਬ ਬੰਦੇ ਤੇ ਇਹ।
ਦੱਸੋ ਕੀ ਹੱਕ ਹੈ ਇਹਨਾਂ ਨੂੰ। ਖੁਦ ਇਹ ਆਪ ਆਪਣੇ ਮਹਿਕਮੇ ਦੇ ਕਰਜ਼ਾਈ ਨੇ ਬੰਦੇ, ਇਹ ਆਪਣੇ ਦੀ ਰੋਹ ਮਾਰ ਰਹੇ ਨੇ ਆਪਾਂ ਲੰਘਣ ਵਾਲੇ ਤੋਂ, ਆਮ ਦੇ ਰੋਹ ਰੂਟੀਨ 'ਚ ਲੰਘਣ ਵਾਲੇ ਬੰਦੇ ਹਾਂ। ਦੱਸੋ ਆਪਣਾ ਕੀ ਕਸੂਰ ਆ, ਕਸੂਰ ਤਵਾਰ ਤਾਂ ਇਹ ਆਪ ਨੇ। ਐਂਬੂਲੈਂਸ ਦੇਖ ਲਓ, ਕੱਲ੍ਹ ਬਾਈ ਦੱਸ ਰਿਹਾ ਸੀ ਕਿ ਉਹਦਾ ਕੋਈ ਤੇਲ ਤੋਂ ਤੇਲ ਨਹੀਂ ਪਵਾਉਂਦਾ ਉਹ 'ਚ, ਕੋਈ ਮਰੀਜ਼ ਨੂੰ ਤਾਂ ਉਹ ਕੀ ਲੈ ਕੇ ਜਾਊਗੀ, ਉਹ 'ਚ ਕੋਈ ਤੇਲ ਤੱਕ ਨਹੀਂ ਪਵਾਉਂਦਾ। ਹੋਰ ਦੱਸੋ, ਇਹਦੀ ਵੱਡੀ ਇੱਥੇ ਸਮੱਸਿਆ ਕੀ ਹੋ ਸਕਦੀ ਆ? ਸਰ ਤੋਂ ਵੱਡੀ ਸਮੱਸਿਆ ਇਹੀ ਹੁੰਦੀ ਆ ਵੀ ਐਂਬੂਲੈਂਸ ਨੂੰ ਪਹਿਲੀ ਗੱਲ ਤਾਂ ਰਾਹ ਦਿੱਤਾ ਜਾਵੇ, ਦੂਜੀ ਗੱਲ ਦੇ ਵਿੱਚ ਉਹਨੂੰ ਮਤਲਬ ਪ੍ਰੋਪਰ ਤਰੀਕੇ ਵਿੱਚ ਉਹ ਤਿਆਰ ਹੋਣੀ ਚਾਹੀਦੀ ਆ ਕੋਈ ਵੀ ਮਰੀਜ਼ ਆਉਣਾ। ਦੇਖੋ ਠੀਕ ਆ, ਸਾਡੇ ਇਹੀ ਕਹਿਣਾ ਵੀ ਸਾਰੀਆਂ ਸਹੂਲਤਾਂ ਪੂਰੀਆਂ ਕੀਤੀਆਂ ਜਾਣ, ਕਿਸੇ ਦੇ ਗੁੰਡਾਗਰਦੀ ਨਾ ਕੀਤੀ ਜਾਵੇ, ਪ੍ਰਸ਼ਾਸਨ ਦੇ ਵਿੱਚ ਰਹਿ ਕੇ ਇਹ ਸਾਰਾ ਕੰਮ ਕਰਨ, ਆਪਦਾ ਟੈਕਸ ਦੇਣ ਪ੍ਰੋਪਰ। ਆਪਾਂ ਆਮ ਲੋਕ ਦਾ ਟੈਕਸ ਦਿੰਨੀ ਆ ਇੱਥੇ ਆ ਕੇ, ਆਪਾਂ ਤਾਂ ਲੈਂਦੇ ਕਿ ਰੋਹ ਬਣਾ ਲੈਂਦੇ ਟੈਕਸ, ਉੱਥੋਂ ਆਮ ਬੰਦਾ ਕੋਈ ਲੰਘ ਹੀ ਨਹੀਂ ਸਕਦਾ। ਸੋ ਇਹੀ ਮੰਗਾਂ ਨੇ ਵੀ ਦਾਇਰੇ ਦੇ ਵਿੱਚ ਰਹਿ ਕੇ ਜਿਹੜਾ ਕਾਨੂੰਨੀ ਸਿਸਟਮ ਆ ਉਹਦੇ ਹਿਸਾਬ ਨਾਲ ਇੱਥੇ ਕੰਮ ਚੱਲਣਾ ਚਾਹੀਦਾ। ਬਾਈ ਦੀ ਗੱਲ ਜਿਹੜੀ ਕੀਤੀ ਆ ਨਾ ਬਾਈ ਨੇ ਗੁੰਡਾਗਰਦੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਬਾਈ ਜੀ, ਜਿੰਨੇ ਇੱਥੋਂ ਆਪਣਾ ਚੰਡੀਗੜ੍ਹ ਤੋਂ ਲੈ ਕੇ ਬਠਿੰਡਾ ਤੱਕ ਜਿੰਨੇ ਵੀ ਟੋਲ ਪਲਾਜ਼ੇ ਆ, ਸਭ ਦੇ ਵਿੱਚੋਂ ਸਿਰਫ ਇੱਕ ਬੜਬੜ ਟੋਲ ਪਲਾਜ਼ਾ ਜਿਹਦੇ ਉੱਪਰ ਸਭ ਤੋਂ ਵੱਧ ਗੁੰਡਾਗਰਦੀ ਕੀਤੀ ਜਾਂਦੀ ਆ, ਸਭ ਤੋਂ ਵੱਧ ਬਦਤਮੀਜ਼ੀ ਨਾਲ ਬੋਲਿਆ ਜਾਂਦਾ, ਬਦਸਲੂਕੀ ਕੀਤੀ ਜਾਂਦੀ ਆ, ਜਿੰਨੇ ਵੀ ਗੱਡੀਆਂ ਵਾਲੇ ਲੰਘਦੇ ਆ ਕਿਸੇ ਤੋਂ ਵੀ ਪੁੱਛ ਸਕਦੇ ਤੁਸੀਂ ਇੱਥੇ ਖੜਾ ਕੇ ਗੱਡੀਆਂ ਵਾਲਿਆਂ ਨੂੰ, ਸਭ ਤੋਂ ਵੱਧ ਗੁੰਡਾਗਰਦੀ, ਸਭ ਤੋਂ ਵੱਧ ਬਦਸਲੂਕੀ ਕੀਤੀ ਜਾਂਦੀ ਆ। ਕੱਲ ਹੋਰ ਜਿਹੜੀ ਪਰਚੀ ਕੱਟਦੇ ਉਹਦੇ ਵਿੱਚ ਬਾਕਾਇਦਾ ਲਿਖਿਆ ਹੁੰਦਾ ਜਿਹੜਾ ਆਪਾਂ ਤੋਂ ਟੈਕਸ ਲੈ ਰਹੇ ਆ, ਹਾਂਜੀ, ਇਹਨਾਂ ਦਾ ਫਰਜ਼ ਬਣਦਾ ਐਂਬੂਲੈਂਸ ਦੀ ਸਹੂਲਤ ਦੇਣ ਦਾ, ਡਾਕਟਰ ਦੀ ਸਹੂਲਤ ਦੇਣ ਦਾ, ਫਾਇਰ ਬ੍ਰਿਗੇਡ ਦੀ ਸਹੂਲਤ ਦੇਣ ਦਾ, ਪਰ ਇਹਨਾਂ ਦੇ ਵਿੱਚੋਂ ਇੱਕ ਵੀ ਸਹੂਲਤ ਇਹਨਾਂ ਦੇ ਕੋਲ ਨਹੀਂ ਹੈਗੀ। ਤੁਸੀਂ ਦਿਖਾ ਦਿਓ ਵੀ ਇਹਨਾਂ ਵਿੱਚ ਕੋਈ ਵੀ ਫਾਇਰ ਬ੍ਰਿਗੇਡ ਹੋਵੇ ਇਹਨਾਂ ਕੋਲ, ਮੈਡੀਕਲ ਦੀ ਕੋਈ ਸਹੂਲਤ ਹੋਵੇ, ਕੋਈ ਐਂਬੂਲੈਂਸ ਦੀ ਸਹੂਲਤ ਹੋਵੇ, ਇਹਨਾਂ ਕੋਲ ਕੋਈ ਵੀ ਸਹੂਲਤ ਨਹੀਂ ਹੈਗੀ। ਬਾਕੀ ਗੱਲ ਰਹੀ ਬਿੱਲ ਭਰਨ ਦੀ, ਜਿਹੜੇ ਬਾਈ ਕਹਿੰਦੇ ਇਹਨਾਂ ਨੇ ਬਿੱਲ ਨਹੀਂ ਭਰਿਆ, ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਉੱਪਰ ਤਾਂ ਵਾਰ ਵਾਰ ਬਿੱਲ ਭਰਨ ਦਾ ਦਬਾਅ ਪਾ ਰਹੀ ਆ ਵੀ ਤੁਸੀਂ ਬਿੱਲ ਨਹੀਂ ਭਰ ਰਹੇ, ਤੁਸੀਂ ਤੁਹਾਡੇ ਮੀਟਰ ਕੱਟ ਦਾਂਗੇ, ਵਾਰ ਵਾਰ ਰੇਡਾਂ ਮਾਰ ਰਹੀ ਹੈ ਨਾ, ਕਦੇ ਸਵੇਰੇ ਕਿਸਾਨਾਂ ਨੂੰ ਤੰਗ ਕਰਕੇ ਸਵੇਰੇ ਕੋਈ 4 ਵਜੇ ਕਿਸੇ ਦੇ ਘਰੇ ਵੜਦਾ, ਕਦੇ ਸ਼ਾਮ ਨੂੰ 7 ਵਜੇ ਕਿਸੇ ਦੇ ਕਿਸਾਨ ਦੇ ਘਰੇ ਜਾ ਵੜਦੀ ਆ, ਪਰ ਇਹਨਾਂ ਨੂੰ ਸਰਕਾਰ ਕਿਉਂ ਨਹੀਂ ਕੁਛ ਕਹਿ ਰਹੀ ਹੈ ਨਾ? ਮੋਹਤਵਰ ਵਿਅਕਤੀ ਆ, ਉਹਨਾਂ ਨੇ ਅਮਨ ਅਰੋੜਾ ਨੂੰ ਸਾਰੀ ਗੱਲ ਕਲੀਅਰ ਦੱਸੀ ਹੋਈ ਆ ਸਾਰੀ, ਪਰ ਫਿਰ ਅਮਨ ਅਰੋੜਾ ਹੁਣ ਇਸ ਟਾਈਮ ਮੰਤਰੀ ਆ ਸਰਕਾਰ ਦੇ ਵਿੱਚ, ਪਰ ਉਹ ਮੰਤਰੀ ਹੋਣ ਦੇ ਬਾਵਜੂਦ ਵੀ ਉਹਨੇ ਕੋਈ ਇਸ ਮਸਲੇ ਵੱਲ, ਐਡਾ ਗੰਭੀਰ ਮਸਲਾ ਹੋਣ ਦੇ ਬਾਵਜੂਦ ਉਹਨੇ ਕੋਈ ਵੀ ਇੱਧਰ ਧਿਆਨ ਨਹੀਂ ਦਿੱਤਾ, ਜਦਕਿ ਸਰਕਾਰ ਕਹਿ ਰਹੀ ਆ ਵੀ ਅਸ ਲਈ ਲੋਕਾਂ ਦੇ ਜਿਹੜੇ ਮਸਲੇ ਆ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਜਿਹੜੇ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੇ। ਪਰ ਇਹ ਸਿਰਫ ਜਿਹੜੀ ਇਹਨਾਂ ਦੀਆਂ ਗੱਲਾਂ ਨੇ ਉਹ ਸਿਰਫ ਮੀਡੀਆ ਦੇ ਸਾਹਮਣੇ ਨੇ, ਕਰਨ ਦੇ ਵਿੱਚ ਇਹਨਾਂ ਦੇ ਕੁਛ ਨਹੀਂ, ਸਿਰਫ ਗੱਲਾਂ ਦੇ ਵਿੱਚ ਹੀ ਨੇ ਇਹਨਾਂ ਦੀਆਂ ਗੱਲਾਂ, ਜਦਕਿ ਹਕੀਕੀ ਤੌਰ ਤੇ ਜ਼ਮੀਨੀ ਪੱਧਰ ਤੇ ਇਹਨਾਂ ਦੀ ਕੋਈ ਵੀ ਇਦਾਂ ਦੀ ਕਰਨ ਦੇ ਵਿੱਚ ਗੱਲ ਨਹੀਂ ਆਈ, ਜਦਕਿ ਜਿਹੜਾ ਬਿੱਲ ਇਹਨਾਂ ਦਾ 6-7 ਲੱਖ ਰੁਪਏ ਜਿਹੜਾ ਭਰਨ ਵਾਲਾ ਰਹਿੰਦਾ, ਇਹਨਾਂ ਨੂੰ ਹਰ ਰੋਜ਼ ਇੱਕ ਟੋਲ ਪਲਾਜ਼ੇ ਨੂੰ 16-17 ਲੱਖ ਰੁਪਏ ਦੀ ਆਮਦਨੀ ਹੈ ਇੱਕ ਟੋਲ ਪਲਾਜ਼ੇ ਨੂੰ, ਇਹ 6-7 ਲੱਖ ਰੁਪਏ ਦਾ ਬਿੱਲ ਕਿੰਨੇ ਪਤਾ ਨਹੀਂ ਮਹੀਨਿਆਂ ਤੋਂ ਭਰਨ ਵਾਲਾ ਪਿਆ, ਜਿਹਦੇ ਕਰਕੇ ਇਹਨਾਂ ਦਾ ਮੀਟਰ ਕੱਟਿਆ ਗਿਆ ਗਾ, ਇਹਨਾਂ ਦਾ 2 ਘੰਟਿਆਂ ਦਾ ਕੰਮ ਆ, ਸਿਰਫ 6-7 ਲੱਖ ਰੁਪਈਆ 2 ਘੰਟਿਆਂ ਦੇ ਵਿੱਚ ਕਮਾਉਂਦੇ ਨੇ, ਇਹ ਇੰਨਾ ਬਿੱਲ ਨਹੀਂ ਭਰ ਸਕਦੇ ਯਾਰ, ਹੱਦ ਹੋ ਗਈ। ਸਭ ਤੋਂ ਇਕੱਲੀ ਇਕੱਲੀ ਚੀਜ਼ ਦਾ ਟੈਕਸ ਲਿਆ ਜਾ ਰਿਹਾ, ਧੱਕੇ ਨਾਲ ਲਿਆ ਜਾ ਰਿਹਾ, ਤੇ ਇਹਨਾਂ ਤੋਂ ਕਿਉਂ ਨਹੀਂ ਵਸੂਲਿਆ ਜਾ ਰਿਹਾ ਯਾਰ, ਇਹਨਾਂ ਤੋਂ ਕਿਉਂ ਨਹੀਂ ਟੈਕਸ ਲਿਆ ਜਾ ਰਿਹਾ? ਸਾਡੇ ਤੇ ਸ਼ਰੇਆਮ ਗੁੰਡਾਗਰਦੀ ਹੁੰਦੀ ਆ। ਸਭ ਤੋਂ ਪਹਿਲਾਂ ਇੱਕ ਪਾਸੇ ਦਾ 100 ਰੁਪਏ, ਪਹਿਲਾਂ ਤਾਂ ਸਾਡੇ ਡਬਲ ਪਰਚੀ ਅਪ ਡਾਊਨ ਦੀ ਸਾਡੀ ਕੱਟੀ ਜਾਂਦੀ ਸੀ, ਉਹ ਬੰਦ ਕਰਕੇ ਸਭ ਤੋਂ ਸਿੰਗਲ ਲੈਨ ਲਾ ਕੇ 100 ਰੁਪਈਆ, ਹੁਣ ਉਹ ਵੀ ਛੱਡੋ। ਹੁਣ ਕਹਿੰਦੇ ਜਿਹਦੇ ਫਾਸਟੈਗ ਲੱਗਿਆ ਉਹ ਤੋਂ ਤਾਂ 100 ਰੁਪਈਆ ਲਵਾਂਗੇ, ਜਿਹਦੇ ਫਾਸਟੈਗ ਨਹੀਂ ਲੱਗਿਆ ਉਹ ਤੋਂ 200 ਰੁਪਈਆ ਲੈਂਦੇ ਆ। ਯਾਰ ਦੇਖੋ ਸਾਡੇ ਨਾਲ ਕਿੰਨਾ ਧੱਕਾ ਹੋ ਰਿਹਾ, ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਡਾ ਸਾਥ ਦਿਓ ਯਾਰ, ਸਾਡੇ ਨਾਲ ਜਿਹੜਾ ਧੱਕਾ ਹੋ ਰਿਹਾ ਸਾਡੇ ਇਕੱਲੇ ਨਾਲ ਨਹੀਂ ਹੋ ਰਿਹਾ, ਤੁਹਾਡੇ ਸਾਰਿਆਂ ਨਾਲ ਹੋ ਰਿਹਾ ਇਹ, ਜੇ ਤੁਸੀਂ ਅੱਜ ਨਾ ਬੋਲੇ ਤਾਂ ਕੱਲ੍ਹ ਨੂੰ
ਤੁਹਾਡੇ ਨਾਲ ਪਤਾ ਨੀ ਕੀ ਕੀ ਹੋਣਾ ਹਾਲੇ ਅੱਗੇ ਜਾ ਕੇ। ਤੇ ਬਾਈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਆਹ ਸਹੂਲਤਾਂ ਜਿਹੜੀਆਂ ਆਪਾਂ ਮੰਗ ਰਹੇ ਹਾਂ ਜੇ ਨਾ ਪੂਰੀਆਂ ਕੀਤੀਆਂ ਮੰਗਾਂ ਆਪਣੀਆਂ, ਇਹ ਧਰਨਾ ਬਾਈ ਜੀ ਇਹ ਜਿਹੜਾ ਧਰਨਾ ਹੈ ਜਿਹੜਾ ਟੋਲ ਪਲਾਜ਼ਾ ਸਾਡੇ ਵੱਲੋਂ ਬੰਦ ਕੀਤਾ ਗਿਆ ਇਹ ਪੱਕੇ ਤੌਰ ਤੇ ਬੰਦ ਹੋ ਜਾਊਗਾ। ਹਾਂ ਨਹੀਂ ਚੱਕ ਕੇ ਹੀ ਸਾਈਡ ਤੇ ਧਰਦਾਂਗੇ, ਪੱਕੇ ਤੌਰ ਤੇ ਬੰਦ ਹੋ ਜਾਣਾ। ਬਾਕੀ ਬਾਈ ਨਾ ਕਹੋ ਗੱਲ ਇਹ ਦੱਸੂਗਾ ਕੋਈ ਗੱਲ ਨਹੀਂ ਬਾਈ, ਅਸੀਂ ਚੱਕ ਕੇ ਯਾਰ ਸਾਈਡ ਤੇ ਧਰਦਾਂਗੇ ਇਹਨੂੰ, ਸਾਡਾ ਜ਼ਮੀਰ ਜਾਗਦਾ ਹੈ। ਅਸੀਂ ਪੰਜਾਬ ਲਈ ਕਰਾਂਗੇ, ਪੰਜਾਬ ਲਈ ਖੁਦ ਅਸੀਂ ਆਪਦੇ ਲਈ ਕਰਾਂਗੇ ਬਾਈ, ਇਹ ਅਸੀਂ ਕਿਸੇ ਲਈ ਕੀ ਕਰਨਾ, ਸਾਰੇ ਭਾਈਚਾਰਾ ਪੰਜਾਬ ਦਾ ਆਪਦਾ ਹੀ ਹੈ, ਕੋਈ ਬਗਾਨਾ ਤਾਂ ਇੱਥੇ ਹੈ ਨਹੀਂ। ਦੇਖੋ ਆਪਾਂ ਪੰਜਾਬ ਲਈ ਪਹਿਲਾਂ ਵੀ ਲੜਕੇ ਆਏ, ਦਿੱਲੀ ਦੇਖ ਲਓ ਤੁਹਾਨੂੰ ਪਤਾ ਹੀ ਆ ਵੱਡੇ ਵੀਰ, ਅਤੇ ਅਸੀਂ ਸ਼ੁਰੂ ਤੋਂ ਛੋਟੇ ਹਾਂ, ਇਸ ਪਰ ਗਲਤੀ ਬਲਤੀ ਅਸੀਂ ਮਾਫ਼ੀ ਮੰਗਦੇ ਹਾਂ। ਪਰ ਜਿਹਨਾਂ ਨੇ ਇਹ ਚੀਜ਼ਾਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਅਸੀਂ ਟੋਲ ਪਲਾਜ਼ਾ ਪਰਮਾਨੈਂਟਲੀ ਬੰਦ ਕਰਾਂਗੇ ਤਾਂ ਕਰਾਂਗੀ। ਇਹ ਚੱਕ ਕੇ ਸਾਈਡ 'ਤੇ ਵੀ ਧਰਨ ਨੂੰ ਤਿਆਰ ਆ, ਸਾਡੀਆਂ ਜ਼ਮੀਨਾਂ ਦੇ ਵਿੱਚ ਇਹ ਮਨਾਇਆ ਗਿਆ ਗਾ, ਸਾਨੂੰ ਤੰਗ ਕੀਤਾ ਜਾ ਰਿਹਾ ਬਾਈ। ਜਿਹੜੇ ਐਕਸੀਡੈਂਟ ਨਾ ਪਸ਼ੂ ਹੁਣ ਜਦੋਂ ਗ੍ਰਿੱਲਾਂ ਟੁੱਟੀਆਂ ਹੋਈਆਂ ਰੋਡ 'ਤੇ ਚੜ੍ਹ ਜਾਂਦੇ ਆ, ਠੀਕ ਆ, ਰੋਡ 'ਤੇ ਚੜ੍ਹਨ ਕਾਰਨ ਹਨੇਰੇ 'ਚ ਨਹੀਂ ਪਤਾ ਲੱਗਦਾ, ਟਰੱਕ ਵੱਜਦਾ ਪਸ਼ੂ ਮਰ ਜਾਂਦਾ। ਉਦੋਂ ਬਾਅਦ ਇਹਨਾਂ ਨੂੰ ਅਸੀਂ ਫੋਨ ਕੀਤਾ ਵੀ ਪਸ਼ੂ ਮਰ ਗਿਆ ਚੱਕ ਕੇ ਲਿਓ, ਸਾਰਾ ਦਿਨ ਪਿਆ ਰਿਹਾ ਚੱਕਿਆ ਨਹੀਂ, ਰਾਤ ਨੂੰ ਇੱਕ ਗੱਡੀ ਹੋਰ ਵੱਜੀ, ਐਕਸੀਡੈਂਟ ਹੋ ਗਿਆ, ਮੋਟਰਸਾਈਕਲ ਵਾਲਾ ਵੱਜਿਆ, ਉਹਦੀ ਡੈਥ ਹੋ ਗਈ ਬੰਦੇ ਦੀ, ਠੀਕ ਹੈ। ਤੇ ਉਹ ਜਿਹੜਾ ਪਸ਼ੂ ਆ ਹੁਣ ਆਪਾਂ ਲੋਕ ਥੋੜੀ ਨਾ ਚੱਕਾਂਗੇ, ਇੱਥੇ ਵੀ ਬਾਈ ਗਾਂ ਮਰੀ ਪਈ ਆ, ਉਹ ਵੀ ਮਰੇ ਰਹਿੰਦੇ ਪਹਿਲਾਂ ਤਾਂ ਕੋਈ ਕੁਛ ਵੀ ਆ, ਚੜ੍ਹਨ ਤੋਂ ਇਹਨਾਂ ਨੂੰ ਰੋਕਣਾ ਚਾਹੀਦਾ, ਇਹਨਾਂ ਦਾ ਹੱਕ ਬਣਦਾ। ਐਕਸੀਡੈਂਟ ਨਾ ਹੋ ਜੇ, ਪਰ ਸਾਈਡਾਂ ਤੇ ਹੁਣ ਜਿਹੜੀਆਂ ਗ੍ਰਿੱਲਾਂ ਨੇ ਉਹੀ ਟੁੱਟੀਆਂ ਪਈਆਂ ਨੇ, ਹਰ ਰੋਜ਼ ਪਤਾ ਨੀ ਸੈਂਕੜੇ ਪਸ਼ੂ। ਐਕਸੀਡੈਂਟ ਕਿੱਥੋਂ ਬਚਾ ਸਕਦੇ ਆਪਾਂ, ਹਰ ਰੋਜ਼ ਸੈਂਕੜੇ ਪਸ਼ੂ ਮੋਟਰਸਾਈਕਲਾਂ ਦੇ ਮੂਹਰੇ, ਗੱਡੀਆਂ ਦੇ ਮੂਹਰੇ ਆਰਾਮ ਨਾਲ ਤੁਰੇ ਫਿਰਦੇ ਆ ਨਾ ਰੋਡ ਦੇ ਉੱਪਰ, ਆਰਾਮ ਨਾਲ ਘੁੰਮਦੇ ਫਿਰਦੇ ਆ, ਕੋਈ ਰੋਕ ਟੋਕ ਨਹੀਂ, ਕੋਈ ਪ੍ਰਸ਼ਾਸਨ ਨਹੀਂ ਧਿਆਨ ਦੇ ਰਿਹਾ ਯਾਰ। ਐਕਸੀਡੈਂਟ ਇੰਨੇ ਵੱਧ ਚੁੱਕੇ ਆ, ਕਾਰਨ ਇਹੀ ਆ ਵੀ ਸਾਈਡਾਂ ਤੇ ਜਿਹੜੀਆਂ ਗ੍ਰਿੱਲਾਂ ਨੇ ਰੋਡਾਂ ਦੇ ਉਹ ਟੁੱਟ ਚੁੱਕੀਆਂ ਨੇ, ਪਸ਼ੂ ਆਰਾਮ ਨਾਲ ਇੱਥੇ ਘੁੰਮ ਰਹੇ ਆ, ਕੋਈ ਇੱਧਰ ਆ ਰਿਹਾ ਕੋਈ ਇੱਧਰ ਜਾ ਰਿਹਾ, ਉਹਦੇ ਕਰਕੇ ਐਕਸੀਡੈਂਟ ਵੱਧ ਹੋ ਰਹੇ ਆ। ਪ੍ਰਸ਼ਾਸਨ ਨੂੰ ਬੇਨਤੀ ਆ ਇਹ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ, ਨਹੀਂ ਸਾਡਾ ਜਿਹੜਾ ਸੰਘਰਸ਼ ਆ ਉਹ ਲੰਬੇ ਸਮੇਂ ਲਈ ਚੱਲੂਗਾ। ਧੰਨਵਾਦ। ਸੋ ਦੋਸਤੋ, ਜਿਹੜੀਆਂ ਮੰਗਾਂ ਆਪਾਂ ਕਹਿ ਰਹੇ ਹਾਂ, ਮੰਗਾਂ ਨਹੀਂ ਇਹ ਹੱਕ ਬਣਦਾ, ਜੋ ਇੱਥੇ ਟੋਲ ਪਲਾਜ਼ਾ ਹੁਣ ਬੰਦ ਕੀਤਾ ਗਿਆ ਉਸ ਦੇ ਆਧਾਰ 'ਤੇ, ਜਿਵੇਂ ਹੁਣ ਲਾਈਟਾਂ ਨੇ ਬਾਈਆਂ ਨੇ ਦੱਸਿਆ ਵੀ ਲਾਈਟਾਂ ਦਾ ਬਿੱਲ ਨਹੀਂ ਭਰਿਆ ਬਿਜਲੀ ਦਾ, ਤਾਂ ਕਰਕੇ ਇੱਥੇ ਲਾਈਟਾਂ ਵਾਲੇ ਬਿਜਲੀ ਆਉਂਦੀ ਹੀ ਨਹੀਂ, ਹੈ ਨਾ। ਸੋ ਦੋਸਤੋ, ਇਹ ਸੰਘਰਸ਼ ਜਿਹੜਾ ਲੰਮੇ ਸਮੇਂ ਲਈ ਜਾਰੀ ਰਹੂਗਾ ਜੇ ਨਾ ਮੰਗਾਂ ਪੂਰੀਆਂ ਕੀਤੀਆਂ। ਸੋ ਵੀਡੀਓ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਜੋ ਸਰਕਾਰਾਂ ਦੇ ਪ੍ਰਸ਼ਾਸਨ ਦੇ ਕੰਨਾਂ ਤੱਕ ਹੂਕ ਵੱਜ ਸਕੇ। ਸੋ ਦੋਸਤੋ, ਇਹਨਾਂ ਨੇ ਪੱਕਾ ਮਨ ਮਨਾ ਲਿਆ ਵੀ ਜੇ ਨਾ ਮੰਗਾਂ ਪੂਰੀਆਂ ਕੀਤੀਆਂ ਸੋ ਲੰਮਾ ਸਮਾਂ ਚੱਲੂ ਇਹ ਕੰਮ। ਸੋ ਦੋਸਤੋ, ਵੀਡੀਓ ਦੇਖਣ ਦੇ ਲਈ ਧੰਨਵਾਦ ਜੀ। ਬਾਬਾ ਕਾਹਨ ਦਾ ਜੀ।